छोड़ लिया आइटम बम्ब कुकड़ मार के मेरे साले दे अनार 80,000 दा फेर पटाका पता 1,60,000 बट ले करे ਤੁਸੀਂ ਪਟਾਕੇ ਨਾ ਖਰੀਦਿਓ ਮੈਂ ਤੁਹਾਨੂੰ ਗਿਫਟ ਦੇ ਕੇ ਓ ਨਹੀਂ ਨਹੀਂ ਯਾਰਾ ਲੈ ਵੱਟ ਜਟ ਵੜਾ ਪਾਈ ਸੀ ਦਿਵਾਲੀ ਆ ਜੂ ਕਹੂ ਆਪਣੀ ਕਾਦੀ ਦਿਵਾਲੀ ਹੈ ਲੋਹੜੀ ਹੋਊ ਆਪਣੀ ਕਾਦੀ ਲੋਹੜੀ ਹੈ ਠੀਕ ਹੈ ਨਾ ਗੜਗੱਜ ਪਾਵਾਂਗੇ ਪੂਰੀ ਫੁੱਲ ਗੜਗੱਜ 2000 ਰੁਪਏ ਦਾ ਮੈਂ ਖੇਡੂ ਜੂਲਾ ਨਾਲੇ ਚਾਚੀ ਨੂੰ ਪੁੱਛ ਲਈ ਕੋਈ ਸਰਲੀ ਸਰਲੀ ਚਾਹੀਦੀ ਹੈ ਮਤਲਬ ਸਪੈਸ਼ਲ ਮੈਂ ਚਾਚੀ ਵਾਸਤੇ ਪਾ ਲਿਆ ਅਗਲੀ ਵਾਰੀ ਆਪਾਂ ਪਟਾਕਾ ਫੈਕਟਰੀ ਲਾ ਦੇਾਂਗੇ ਯਾਰ ਠੀਕ ਹੈ ठीक है खड़ी बत्ती बत्ती हाय कते चाचा जी शो मैनू कह दे करनैल पुत दिवाली का दिन है आ चक गड्डी ते आ चक 10,000 रुपया सौरी गेड़ा कढ़िया हाय वे रब्बा हाय वे रब्बा हाय वे रब्बा जिंदगी मेरे शाले दी होर हो जू मेरे शाले दा वादा की करिए ना ए करने की है दिवाली दा दिन है खुशियां चढ़ियां पईयां ठीक है ना ਇਸ ਕਰਕੇ ਖੁਸ਼ੀ ਮਨਾ ਰਿਹਾ ਚਾਚਾ ਜੀ ਆਪਣੀ ਕਾਈ ਦੀਵਾਲੀ ਹੁੰਦੀ ਆਏ ਦੱਸ ਪਹਿਲਾਂ ਹੈ ਆਪਣੀ ਕਾਈ ਦੀਵਾਲੀ ਆ ਖੇਤ ਵਾਲੇ ਬੰਦਿਆਂ ਦੀ ਕਿਉਂ ਸਾਡੇ ਵਾਲੀ ਦੀਵਾਲੀ ਨੂੰ ਕੀ ਹੁੰਦਾ ਦੀਵਾਲੀ ਆ ਜੂ ਕਹੂ ਆਪਣੀ ਕਾਦੀ ਦੀਵਾਲੀ ਹੈ ਲੋਹੜੀ ਹੋਊ ਆਪਣੀ ਕਾਦੀ ਲੋਹੜੀ ਹੈ ਨਿਵਾਣੀ ਹੋਊ ਆਪਣੀ ਕਾਦੀ ਨਿਵਾਣੀ ਹੈ ਮਾਗੀ ਹੋਊ ਆਪਣੀ ਕਾਦੀ ਨਿਵਾਣੀ ਹੈ ਜੇ ਆਪਣੀ ਦੀ ਫਿਰ ਕੀ ਦੀ ਹੈ ਯਾਰ ਕਿਆ ਹੋਇਆ ਹਾਂ ਫਿਰ ਆਪਣੀ ਕਾਦੀ ਹੁੰਦੀ ਹੈ ਵੀ ਪੈਸੇ ਖਰਾਬ ਕਰਨਾ ਓਏ ਦੀਵਾਲੀ ਤਾਂ ਬਾਣੀਆਂ ਬਾਣੀਆਂ ਵਕੀਲਾਂ ਦੀ ਹੁੰਦੀ ਹੈ ਦੀਵਾਲੀ ਤਾਂ ਅੱਛਾ ਅਫਸਰਾਂ ਦੀ ਹੁੰਦੀ ਹੈ ਦੀਵਾਲੀ ਆਪਣੀ ਕਾਦੀ ਦੀਵਾਲੀ ਹੁੰਦੀ ਆ ਓਏ ਗੱਲ ਸੁਣ ਗਰੀਬਾਂ ਦੇ ਤਾਂ ਆਹੀ ਤਾਂ ਤਿਆਰ ਹੁੰਦੇ ਆ ਠੀਕ ਹੈ ਨਾ ਓਏ ਯਾਰ ਇਹ ਤਾਂ ਅਫਸਰਾਂ ਦੇ ਤੂੰ ਹੁਣ ਦੇਖ ਅਫਸਰਾਂ ਦੇ ਘਰੇ ਦੇ ਡੱਬਾ ਦੇ ਡੱਬਾ ਜਾਂ ਬਾਣੀਆਂ ਦੀ ਜਾਂ ਇਹਨਾਂ ਦੀ ਸ਼ਹਿਰਾਂ ਵਾਲੀ ਦੀਵਾਲੀ ਹੁੰਦੀ ਉਹਦੇ ਫਿਰ ਮੈਂ ਰੱਖੜੀ ਬੰਨਣ ਗਿਆ ਤੂੰ ਰੱਖੜੀ ਵਾਲੇ ਦਿਨ ਕਹਿੰਦੇ ਆਪਣੀ ਕਾਦੀ ਰੱਖੜੀ ਹੁੰਦੀ ਚੰਗਾ ਕੁਰਸੀ ਚੱਕ ਲੈ ਚੱਕ ਲੈ ਆਪਣੇ ਨੇ ਤਿਆਰ ਹੋ ਫੇਰ ਇਹ ਮੇਰੇ ਸਾਹੇ ਹੋਰ ਕਿਹਦੇ ਤਿਹਾਰ ਆ ਕੇ ਭੁੱਕੀ ਤੂੰ ਹੀ ਮੇਲ ਮਿੱਤਰ ਬਣਿਆ ਰਹੂਗਾ ਬਸ ਲੈ ਮੇਰ ਮਿੱਤਰ ਦੀਆਂ ਫਿਲਮਾਂ ਵਾਲੀਆਂ ਦੇਣਾ ਮੈਂ ਫਿਲਮਾਂ ਦੇ ਮੇਰ ਮਿੱਤਰ ਵਰਗਾ ਕਮੇਡੀ ਕਲਾਕਾਰ ਨਹੀਂ ਹੋਣਾ ਕੋਈ ਹਾਂ ਉੱਥੇ ਮੈਨੂੰ ਕੋਈ ਰੋਜ਼ ਕਹਿਣ ਲੱਗੇ ਨੇ ਕਿ ਛੋਡਲਾ ਰੋਜ਼ ਮੇਲ ਮਿੱਤਰ ਬਣਿਆ ਫਿਰਦਾ ਨਾ ਮੇਲ ਮਿੱਤਰ ਤਾਂ ਜਦੋਂ ਮੈਂ ਕਿਹਾ ਭੁੱਕੀ ਨਾ ਹੋਵੇ ਉਹ ਤਾਂ ਮੈਂ ਕਿਹਾ ਹੁੰਦਾ ਵੀ ਮਰਿਆ ਹੋਇਆ ਇਹਦਾ ਸਾਰਾ ਟੱਬਰ ਮਰ ਗਿਆ ਜਿਹੜੇ ਭੁੱਕੀ ਹੋਵੇ ਉਹ ਮੇਲ ਮਿੱਤਰ ਹੈ ਚਾਚਾ ਗੱਡੀ ਵਾਜਾ ਮਾਰਦੀ ਹੈ ਕਰਨੈ ਸੌਣੀ ਲੈ ਜਾ ਮੈਂ ਚਾਬੀ ਚੱਕ ਲਿਆ ਹਾਂ ਔਰ ਚਾਬੀ ਓਏ ਮੈਂ ਚੱਕ ਲਿਆ ਸੀ ਇੱਕ ਮਿੰਟ ਖੜ ਜਾ ਬੰਦ ਕਰ ਦਿਓ ਬੰਦ ਕਰ ਦਿਓ ਲੈ ਫੜਾ ਔਰ ਚਾਬੀ ਫੜਾ ਓਏ ਤਾਂ ਕਹਿੰਦੀ ਸੌਰੀ ਜਾਣਾ ਤੇਰੇ ਇਹਦਾ ਬਹੁਤ ਬਹੁਤ ਹੁੰਦੀ ਹੈ ਸੌਰੀ ਜਾ ਕੇ ਕੀ ਕਰਨਾ ਤੈਂ ਓਏ ਸਵਰਿਆਂ ਦੇ ਇਹੀ ਤਾਂ ਦਿਨ ਹੁੰਦੇ ਆ ਠੀਕ ਹੈ ਨਾ ਮੜਕੇ ਦਾ ਬੁੜੇ ਵੈ ਨੂੰ ਫੱਫੜਾ ਨੂੰ ਕੋਈ ਨਹੀਂ ਪੁੱਛਦਾ ਪਰੌਣੇ ਦੀ ਇੱਜ਼ਤ ਹੁੰਦੀ ਆ ਜਦੋਂ ਫੱਫੜ ਬਣ ਗਿਆ ਸਵਰਿਆਂ ਦੇ ਬਾਗ ਦੇ ਸੌਰੀ ਕੱਢਿਆ ਕਿਹੜਾ 2 ਘੰਟੇ ਲਾਇਆ ਫੜਾ ਚਾਬੀ ਨਾਲ 10,000 ਦੀ ਗੁੱਟੀ ਫੜਾ ਦੇ ਜੜ ਬੈੜਾ ਫਿਰ ਆਏ ਹਾਏ 10,000 10,000 ਤੇ ਆਏ ਕਰਦੇ ਜਿਵੇਂ ਮੈਂ ਕਰੋੜ ਮੰਗ ਲਿਆ ਹੁੰਦਾ ਕਰੋੜ ਵਰਗੇ 10,000 ਨੂੰ ਟਕਾਣਾ 13ਵਾਂ ਮਹੀਨਾ ਹੈ ਜੀ ਕੋਈ ਜੀਰੀ ਦੇ ਪੈਸੇ ਨਹੀਂ ਆਏ ਕੋਈ ਨਰਮੇ ਦੇ ਪੈਸੇ ਨਹੀਂ ਆਏ ਫਸਲ ਦੇ ਪੈਸੇ ਆਏ ਨੇ 10,000 ਬੈ ਤੇਰੇ 10,000 ਜਾਣ ਦੇ ਤੂੰ ਗੱਲ ਸੁਣ ਚਾਚਾ ਹਾਂ ਛੋਟਾ ਸੁਣਾ ਦਿਵਾਲੀ ਸ਼ੁਰੂ ਹੋਣ ਲੱਗੀ ਹੈ 2-4 ਦਿਨਾਂ ਚ ਤੇ ਪੇਮੈਂਟ ਜੀ ਕਰਦੇ ਜਵਾਕ ਵੀ ਘਰੇ ਕਹਿ ਰਿਹਾ ਵੀ ਪਾਪਾ ਫਟਾਕੇ ਲਿਆਉਣੇ ਆ ਮੇਰੀ ਗੱਲ ਸੁਣ ਲੈ ਭੂਟੋ ਨੂੰ ਲੈ ਬੈ ਫੀਨ ਭੂਟੋ ਪਾਟ ਦਾ ਖੜਾ ਛੱਡ ਦੇ ਘਰ ਪੱਟ ਕੇ ਬਹਿ ਜਾਏਗਾ ਉਹਦਾ ਠੀਕ ਹੈ ਆਪਦੇ ਆਰਾਮ ਨਾਲ ਜਵਾਕਾਂ ਨੂੰ ਇੱਥੇ ਨਹੀਂ ਇੱਥੇ ਮੱਠੀਆਂ ਗੁਲਗਲੇ ਪਕਾਵਾਂਗੇ ਖਾ ਲਾਂਗੇ ਬਸ ਇੱਥੇ ਮੱਠੀਆਂ ਗੁਲਗਲੇ ਯਾਰ ਗੱਲ ਸੁਣ ਮੱਠੀਆਂ ਗੁਲਗਲੇ ਕਿਹੜੇ ਕਿਹੜੇ ਪਟਾਕੇ ਵੀ ਚਲਾਉਣੇ ਆ ਪੜਾਕਿਆਂ ਨੂੰ ਰਹਿਣ ਦੇ ਭਾਈ ਸਰਕਾਰ ਨੇ ਪੜਾਕੇ ਬੰਦ ਕਰੇ ਹੋਏ ਨੇ ਪੜਾਕੇ ਨਹੀਂ ਚਲਾਉਣੇ ਯਾਰ ਸਾਨੂੰ ਸ੍ਰੀ ਰਾਮਚੰਦਰ ਜੀ ਮਹਾਰਾਜ ਆਏ ਦੀ ਸਾਨੂੰ ਖੁਸ਼ੀ ਹੈ ਸਾਨੂੰ ਚਾਹ ਠੀਕ ਹੈ ਨਾ ਅਸੀਂ ਸਵਾਗਤ ਕਰਨਾ ਅਸੀਂ ਪੜਾਕੇ ਚਲਾਉਣੇ ਆ ਮੇਰਾ ਹਰ ਸਾਲ ਚਲਾਉਣੇ ਆ ਮੈਂ ਤੇਰੇ ਕੋਲੇ ਘਰੇ ਆ ਜੂ ਮੇਰਾ ਸਵਾਗਤ ਕਰ ਲੈ ਓਏ ਹਾਂ ਹਾਂ ਚਾਚਾ ਸੇ ਤੇਰਾ ਵੀ ਸਵਾਗਤ ਕਰ ਦੂੰ 10,000 ਰੁਪਏ ਦੇ ਤੇਰਾ ਸਵਾਗਤ ਕਰ 10,000 ਰੁਪਏ ਨੂੰ ਮੈਨੂੰ ਨਾ ਕਹੀ ਠੀਕ ਹੈ ਬਾਰ ਬਾਰ 10,000 ਰੁਪਏ 10,000 ਰੁਪਏ 10,000 ਰੁਪਏ ਤੇ ਕਹਾਂ ਦਰਖਤਾਂ ਦੇ ਲਾਤਾ ਮੈਂ ਤੇਰੇ ਜਰਮ ਗਿਆ ਇਹ ਚਾਚਾ ਆਉਂਦਾ ਕੀ ਮੈਂ ਲੈ ਮੈਂ ਕੁੱਕੜ ਮਾਰ ਕੇ ਪੜਾਕਾ ਲਿਆਉਣਾ ਜੇ ਕੁੱਕੜ ਮਾਰ ਕੇ ਪੜਾਕਾ ਮੈਨੂੰ 500 ਦਾ ਪੈਕਟ ਪਾਉਂਦੇ ਘੱਟੋ ਘੱਟ 3,000 ਦਾ ਕੁੱਕੜ ਮਾਰ ਕੇ ਯਾਰ ਮਦਨ ਕੇ 4 ਫੜ ਕੇ ਯਾਰ ਸੁਰ ਲਿਆ ਤੇ ਬਾਕੀ ਹੋਰ ਸਰ ਮਦਨ ਕੇ 4 ਪੈਕਟ ਲਈ ਫੜ ਕੇ ਉਹਦਾ ਦਾਰ ਚੱਲ 4 ਚੂਰ ਪੈਕਟਾਂ ਨਾਲ ਸਾਡੇ ਵਾਲੇ ਜਵਾਕ ਨਹੀਂ ਟਿਕਦੇ
ठीक है ना गड़गज पावे पूरी फुल हिलत हो चाचा मेरा दुनिया पता लगे सुरलियां चल रही अस्तबाजिया सीटी वाली अस्तबाजिया मार के ठा ठू होगा चाचा दो घंटे प्लीज कम टू योर मैं गैदर चाचा पेमेंट इन द माई जेब 10,000 का की लाना था यार गल सुन मैं क्या चल 4,000 रुपये के जवाकों को पढ़ा के आ गए 4,000 2,000 बोतल भी आऊगी मुर्ग मसालम भी चलू मेरे साले दे लड़के भी बजन गए आफ्टर ऑल दिवाली है तेन पैसे मैं देना 5,000 सुन ला गल अच्छा ठीक है जो तू पढ़ाके लाने 2,000 ਦੇ ਪੜਾਕੇ ਲੈਣੇ ਉਹ ਇੱਥੋਂ ਨਹੀਂ ਲੈਣੀ ਉਹ ਸੰਗਰੂਰ ਨੇ ਲੈਣੇ ਉਹ ਸਸਤੇ ਪੈ ਜਾਣਗੇ ਤੈਨੂੰ ਅਸੀਂ ਤਾਂ ਪੜਾਕੇ ਮਹਿੰਗੇ ਵਾਲੇ ਲਾਉਂਦੇ ਨੇਗੇ ਅੱਛਾ ਮਤਲਬ ਇੱਥੇ ਪੜਾਕੇ ਸੰਗਰੂਰ ਤੋਂ ਲਿਆ ਕੇ ਮਹਿੰਗੇ ਲਈ ਜਾਂਦੇ ਹਾਂ ਯਾਰ ਚਾਚਾ ਯਾਰ ਹੋਵੇ ਨਾ ਤਾਂ ਹੋਵੇ ਉੱਥੋਂ ਫਰਕ ਪੈ ਰਿਹਾ ਚਾਚਾ ਆਪਾਂ ਕਿਉਂ ਨਹੀਂ ਇਹ ਕੰਮ ਕਰਦੇ ਆਪਾਂ ਸੰਗਰੂਰ ਤੋਂ ਸਿੱਧੀ ਡਿਲੀਵਰੀ ਲੈਂਦੇ ਹਾਂ ਇੱਥੇ ਲਿਆ ਕੇ ਪੜਾਕੇ ਬਾਣੀਆਂ ਬੁੱਧੀ ਵੇਚ ਆਪਾਂ ਵੇਚਦੇ ਹਾਂ ਇੱਥੇ ਬਾਣੀਆਂ ਬੁੱਧੀ ਬਣਾ ਬਾਣੀਆਂ ਕਿਉਂ ਕਾਮਯਾਬ ਹੈ ਬਾਣੀਆਂ 25 ਦੀ ਚੀਜ਼ ਲੈ ਕੇ 50 ਪੈਸਿਆਂ ਦੀ ਵੇਚਦਾ 45 ਪੈਸੇ ਪ੍ਰੋਫਿਟ ਕੱਟ ਰਿਹਾ ਘਰੇ ਬੈਠਾ ਆਰਾਮ ਨਾਲ ਅਮੀਰ ਹੋ ਰਿਹਾ ਆਪਾਂ ਖੇਤਾਂ 'ਚ ਸੱਪਾਂ ਦੀਆਂ ਸਿਰੀਆਂ ਮਹਿਦੇ ਹਾਂ ਆਪਾਂ ਗਰੀਬ ਹੋ ਰਹੇ ਹਾਂ ਚਾਚਾ ਬਾਣੀਆਂ ਬੁੱਧੀ ਬਣਾ ਲੈ ਆਪਾਂ 20,000 ਰੁਪਏ ਦਾ ਪਟਾਕਾ ਪਾਤਾ 40,000 ਵੱਟ ਲਿਆ 40,000 ਰੁਪਏ ਦਾ ਫਿਰ ਪਟਾਕਾ ਪਾਤਾ 80 ਵੱਟ ਲਿਆ 80,000 ਦਾ ਫਿਰ ਪਟਾਕਾ ਪਾਤਾ 1,60,000 ਵੱਟ ਲਿਆ ਚਾਚਾ ਹੁੱਦੇ 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 ਆਪਾਂ ਤਾਂ ਦੀਵਾਲੀ 'ਤੇ ਕਰੋੜਾਂ ਵੱਟ ਜਾਗੇ ਬਿਜਨਸ ਵਾਲੀ ਗੱਲ ਕਰ ਚਾਚਾ ਰੁਪਈਆ ਤੈਨੂੰ 20,000 ਮੈਂ ਦੇ ਦੇਣਾ ਜੇ ਘਾਟਾ ਪੈ ਗਿਆ ਫਿਰ ਘਾਟਾ ਕਿਉਂ ਆਪ ਹੀ ਤਾਂ ਕਹਿ ਕੇ ਵੀ ਸੰਗਰੂਰੋਂ ਸਸਤੇ ਮਿਲਦੇ ਜਦੋਂ ਸੰਗਰੂਰੋਂ ਆਫਟਰ ਆਲ ਸਸਤੇ ਮਿਲਦੇ ਆ ਚਾਚਾ ਆਪਾਂ ਕਿਉਂ ਨਹੀਂ ਬਿਜਨਸ ਕਰਦੇ ਦਿਮਾਗ ਦੇ ਵਿੱਚ ਬਿਜਨਸ ਵਾੜ ਲੈ ਜਿਹੜਾ ਗੱਲ ਪੱਕੇ 4 ਪੈਸੇ ਬਣਦੇ ਨੇ ਨਾਲੇ ਪਟਾਕੇ ਵੱਜ ਜਾਣਗੇ ਮੇਰੇ ਸਾਲੇ ਆਪਾਂ 5 ਵਜੇ ਤੱਕ ਚਲਾਵਾਂਗੇ ਲੋਕਾਂ ਨੇ ਕਹਿੰਦੇ ਪਟਾਕੇ ਵੀ ਚਲਾ ਲਏ ਪੈਸੇ ਵੀ ਕਮਾ ਲਏ ਬਾਣੀਆਂ ਬੁੱਧੀ ਵਰਤ ਚਾਚਾ ਬਾਣੀਆਂ ਬੁੱਧੀ ਵਰਤ 20,000 ਰੁਪਏ ਦੇ ਦੇਣਾ ਪੱਕਾ ਦੇਖ ਲਾ ਯਾਰ ਮੇਰੀ ਕਸਮ ਮੰਜਾ ਮੈਂ ਲਾਉਂ ਹੋਕੇ ਮੈਂ ਲਾਉਂ ਛੱਪੜ ਦੇ ਮੰਜਾ ਲਾ ਲੈਨੀ ਪੱਕਾ ਲੈ ਤੂੰ ਆ ਕਰੀ ਨਾ ਗੱਲ ਉਹੀ ਪੁੱਠੀਆਂ ਗੱਲ ਜੂਲਾ ਖੇਡਣਾ ਵਾਹ ਕਰਨਾ ਦੋ ਪੈਸੇ ਕਮਾਉਣ ਵਾਲੀ ਗੱਲ ਕਰੀ ਨਾ ਇਹ ਗੱਲ ਮੈਨੂੰ ਤੇਰੀ ਵਧੀਆ ਲੱਗੀ ਚਾਚਾ ਵਧੀਆ ਕਿ ਲੱਗੀ ਮੇਰੇ ਸਾਲੇ ਦੀ ਇਸ ਬਿਜ਼ਨਸ ਨੂੰ ਸੋਚ ਕੇ ਮੈਨੂੰ ਤੇਰੀ ਫਾਰਚੂਨਰ ਨਵੀਂ ਦੱਸ ਰਹੀ ਆ ਖੜੀ ਵੀ ਨਵੀਂ ਲਿਆਏਗਾ ਉਹ ਚੱਲ ਬਿਜ਼ਨਸ ਬਾਏ ਵਧਣੇ ਦਾ ਤਾਂ ਬਚਨੇ ਪਤਾ ਤੂੰ ਗੱਲ ਦਾ 4 ਪੈਸੇ ਜਿਹੜੀ ਕਮਾਉਣ ਵਾਲੀ ਕਰਿਓ ਮੈਨੂੰ ਵਧੀਆ ਲੱਗੀ ਵਧੀਆ ਆਫਟਰ ਆਲ ਚਾਚਾ 20,000 ਰੁਪਏ ਲੈ ਕੇ ਦੇਣਾ ਲਿਆ ਕੇ ਦੇ ਹਾਂ ਨਾਲੇ ਚਾਚੀ ਨੂੰ ਪੁੱਛ ਲਈ ਕੋਈ ਸਰਲੀ ਸਰਲੀ ਚਾਹੀਦੀ ਹੈ ਉਹ ਤਾਂ ਸਪੈਸ਼ਲ ਮੈਂ ਚਾਚੀ ਵਾਸਤੇ ਪਾ ਲਿਆ ਚਾਚੀ ਫਾਇਦਾ ਹੈ ਬਿਜ਼ਨਸ 'ਚ ਬਹੁਤ ਫਾਇਦਾ ਹੋ ਸਕਦਾ ਮੇਰਾ ਛੜ ਵਿੱਚੋਂ ਆਪਾਂ ਵੀ ਪਟਾਕੇ ਪਟੂਕੇ ਚੁੱਕ ਲਿਆ ਚਾਚਾ ਮੰਨ ਲੈ 50 ਰੁਪਏ ਦਾ ਆਪਾਂ ਨੂੰ ਕੁੱਕੜ ਮਾਰਕ ਪੈ ਗਿਆ ਆਪਾਂ 150 ਦਾ ਇੱਥੇ ਵੇਚਦਾ 100 ਸਿੱਧੇ ਬਹੁਤ ਆਮਦਨ ਮੋਟੀ ਕਮਾਈ ਹੈ ਇਹ ਕੰਮ 'ਚ 37 38 39 40 ਲਾਓ ਪੂਰੇ 40 ਨੋਟ ਨੇ ਠੀਕ ਹੈ ਅੱਛਾ ਚਾਚਾ ਕਿੰਨਾ ਬਣ ਗਿਆ 40 ਨੋਟਾਂ ਦਾ 40 ਨੋਟਾਂ ਦਾ ਬਣ ਗਿਆ ਚਾਚਾ ਮੇਰੇ ਹਿਸਾਬ ਨਾਲ 25,000 ਓਏ ਯਾਰ 20,000 ਬਣਿਆ ਤੈਨੂੰ ਮੈਂ ਕਹਤਾ ਅੱਛਾ 40 ਨੋਟਾਂ ਦਾ 20,000 ਰੁਪਏ ਬਣ ਗਿਆ ਪੂਰਾ 20,000 ਰੁਪਇਆ ਠੀਕ ਹੈ ਚਾਚਾ ਠੀਕ ਹੈ ਠੀਕ ਹੈ ਚਾਚਾ ਹਾਂ ਫਿਰ ਰੱਬ ਸੱਚੇ ਪਾਤਸ਼ਾਹ ਅਸੀਂ ਬਿਜ਼ਨਸ ਸ਼ੁਰੂ ਕਰਨ ਲੱਗੇ ਆ ਸਾਡੇ ਇਸ ਬਿਜ਼ਨਸ ਦੇ ਵਿੱਚ ਬਰਕਤ ਪਾਈ ਪਟਾਕੇ ਸਾਡੇ ਠਾਠਾ ਚਲਾਈ ਠੀਕ ਹੈ ਨਾ ਹਾਂ 20,000 ਰੁਪਏ ਠੀਕ ਹੈ ਪੂਰਾ ਹੁਣ ਚਾਚਾ ਤੂੰ ਪੈਸੇ ਲੈਣਗੇ ਅਸੀਂ ਅਗਲੀ ਵਾਰੀ ਆਪਾਂ ਪਟਾਕਾ ਫੈਕਟਰੀ ਲਾ ਦੇਾਂਗੇ ਆਪ ਠੀਕ ਹੈ ਮੈਨੂੰ ਘਾਟਾ ਨਾ ਪਵਾ ਦੀ ਜੇ ਘਾਟਾ ਪੈ ਗਿਆ ਦੇਖ ਲਈ ਤੈਨੂੰ ਪੈਣ ਦਿੱਤਾ ਘਾਟਾ ਠੀਕ ਹੈ ਗੱਲ ਗਲੋਰੀਆਂ ਜੀ ਮਰ ਗੱਡੀ ਲੈ ਜਾ ਗੱਡੀ ਨਹੀਂ ਲੱਗੀ ਰਣੀ ਨਾ ਯਾਰ ਗੱਲ ਲੈ ਫਿਰ ਇਹਦਾ ਮੈਂ ਬੱਸ ਤੇ ਚਾਚਾ ਅਵੇਲੇਬਲ ਨਹੀਂ ਬੱਸ ਤੇ ਜਿਹੜਾ ਨਹੀਂ ਦਿੰਦੇ ਰਹੇ ਕਹਿੰਦਾ ਬੱਸ 'ਚ ਬੰਬ ਫੜ ਗਿਆ ਗੱਲਾ ਫੜ ਜਾ ਰਹਾ ਠੀਕ ਹੈ ਸਕਾਰਪੀਓ ਲੈ ਜਾ ਓਏ ਯਾਰ ਉਹਨੂੰ ਕੱਢੂ ਇਹਨੂੰ ਅੰਦਰ ਵੜੂ ਜਾ ਯਾਰ ਚਾਚਾ ਜੀ ਲਿਆਇਆ ਤੁਹਾਡਾ ਵੱਤ ਪਟਾਕੇ ਚਾਚਾ ਲਾਤੀਆਂ ਰੌਣਕਾਂ ਫਿਰ ਰੱਬ ਸੱਚੇ ਪਾਤਸ਼ਾਹ ਦਿਵਾਲੀ 'ਤੇ ਪਹਿਲੀ ਵਾਰੀ ਬਿਜ਼ਨਸ ਕਰਨ ਲੱਗਿਆ ਮੇਰੇ ਸਾਲੇ ਤੁਰਲੀ ਵਾਂਗੂ ਪੜੋਸ ਨਾ ਹੋ ਜੇ ਠੀਕ ਹੈ ਮਤਲਬ ਵਾਧੂ ਪੈਸੇ ਵੱਟ ਲੱਗੇ ਰੱਬਾ ਬਸ ਨਜ਼ਾਰਾ ਹੀ ਆ ਜੀ ਬਸ ਕਰੋੜਾਂ ਰੁਪਈਆ ਵੱਟ ਲਗੇ ਕਰੋੜਪਤੀ ਬਣ ਜਾ ਮੈਂ ਬਸ ਰੱਬਾ ਹੁਣ ਸਾਡੇ ਆਸ਼ੀਰਵਾਦ ਇਸ ਬਿਜ਼ਨਸ 'ਤੇ ਮੇਰਾ ਭਰਿਆ ਹੱਥ ਰੱਖ ਕੇ ਸਾਡੇ ਬਿਜ਼ਨਸ ਨੂੰ 4 ਗੁਣਾ 5 ਗੁਣਾ 100 ਗੁਣਾ ਫਲਾ ਦੇ ਕੀ ਕਰੀਆ ਨਾ ਹੁਣ ਓ ਯਾਰ ਅਰਦਾਸ ਬੇਨਤੀ ਵੀ ਕਰ ਲੈ ਠੀਕ ਹੈ ਨਾ ਉਹ ਤਾਂ ਮੈਂ ਕਰ ਲਈ ਹੁਣ ਮੇਰੇ ਛਾਲੇ ਦੀ ਆਗੀ ਲੈ ਬੈਠਾ ਸੀ ਚਾਚਾ ਬਾਕੀ ਸਾਰੇ ਨੂੰ ਯਾਰ ਬਾਕੀ ਬਾਕੀ ਠੀਕ ਹੈ ਨਾ
ਨਾਲ ਮੇਰੀ ਗੱਲ ਸੁਣ ਲੈ ਮੈਂ ਗੁਰਦੁਆਰੇ ਹੋਕਾ ਦਵਾਇਆ ਵੀ ਭਾਨੇ ਸਿੱਧੂ ਤੇ ਕਈ ਲੈਣੇ ਦੋਨਾਂ ਨੇ ਪਟਾਕੇ ਦੀ ਦੁਕਾਨ ਖੋਲੀਆ ਆਪਦੇ ਘਰ ਮੂਰੇ ਬਿਜ਼ਨਸ ਚਲਾਇਆ ਜਿਹਨੂੰ ਜਿਹਨੂੰ ਲੋੜ ਆ ਵੀ ਪਟਾਕੇ ਲੈ ਜਾਣ ਠੀਕ ਹੈ ਇੱਕ ਵਾਰੀ ਹੋਕਾ ਦਵਾਰੇ ਸਸਤੇ ਤੇ ਠਾਕ ਇੱਕਦਮ ਮੱਖੀਆਂ ਨਾ ਰਹਿ ਜਾਣ ਉੱਤੇ ਮੱਖੀਆਂ ਬੈਠਣੇ ਮਠਿਆਈਆਂ ਯਾਰ ਕਿਉਂ ਐ ਬਿਜ਼ਨਸ ਹੈ ਬਿਜ਼ਨਸ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਤੈਨੂੰ ਇਹ ਕਹਿ ਨਹੀਂ ਤੈਨੂੰ ਵਾਸਤਾ ਨਹੀਂ ਤੈਨੂੰ ਪਤਾ ਬਿਜ਼ਨਸ ਕੀ ਹੁੰਦਾ ਜੋ ਨਾ ਵੜਦੇ ਕਣਕ ਵਜਦੇ ਠੂ ਮੰਡੀ ਤੁਹਾਨੂੰ ਪਤਾ ਬਿਜ਼ਨਸ ਕਿਵੇਂ ਹੁੰਦਾ ਠੀਕ ਹੈ ਨਾ ਮਾਰਦਾ ਕਦੇ ਗੱਲ ਗਲੋਰ ਗਈ ਬਿਜ਼ਨਸ ਚ ਨਾ ਬੋਲੀ ਮੇਰੇ ਫੇਰ ਨਾ ਕਦੇ ਮੈਂ ਬਿਜ਼ਨਸ ਦਾ ਹੀ ਪਟਾਕਾ ਪਾ ਦੇ ਹੈਲੋ ਹੈ ਮੈਂ ਤਾਂ ਬਾਇਕ ਕੋਲੇ ਲਿਆਂਦਾ ਤੇ ਪੈਸੇ ਮੈਨੂੰ ਪੜਾ ਜਲਦੀ ਪੜਦਾ ਓਏ ਮਰਦਾ ਬੋਲੂ ਖੱਫਣ ਪੜ मेरे साले दे अनार अनार दे क्या कहने बल्ले बल्ले होई पाई है ए जी साडी सुरली एनू ज्यादा तुसी चराओगे रब दे नेड़े जाके पटाका पाऊगी ਵਿਚ ਅਗਰ ਸੱਤ ਰਾਗ ਕੱਢ ਕੇ ਦਿਖਾਉਗੀ ਜਦੋਂ ਤੁਹਾਡਾ ਪਟਾਕਾ ਪਿਆ ਫਿਰ ਤੁਸੀਂ ਕਹਿਣਾ ਵਾਹ ਪਾਨੇ ਤੇ ਕੈਲੇ ਦੇ ਪਟਾਕੇ ਪਾਨੇ ਤੇ ਕੈਲੇ ਦੇ ਪਟਾਕੇ ਉਹ ਗੱਲ ਸੁਣ ਮੇਰੀ ਹੈਲੋ ਹੈ ਪਹਿਲੇ ਤੇ ਪਾਨੇ ਦੇ ਪਟਾਕੇ ਐਸਾ ਬਹੁਤ ਮੈਂ ਫੇਰ ਹੀ ਬਿਜ਼ਨਸ ਕਰਦੀ ਫਿਰ ਤੁਹਾਡੇ ਕੋਲ ਕਿਹੜੇ ਕਿਹੜੇ ਪਟਾਕੇ ਨੇ ਆਪਣੇ ਕੋਲੇ ਵੀ ਗੱਲ ਸੁਣਦਾ ਪੁੱਤਰਾ ਮੈਂ ਤੈਨੂੰ ਦੱਸਾਂ ਪਿੰਡ ਦਾ ਤੂੰ ਭਤੀਜ ਲੱਗਦਾ ਆਪਣੇ ਕੋਲੇ ਆ ਸੁਰਲੀ ਹੈ ਅੱਛਾ ਜੀ ਇਹ ਰੱਬ ਦੇ ਨੇੜੇ ਜਾ ਕੇ ਫੜਦੀ ਹੈ ਅੱਛਾ ਜੀ ਜਦੋਂ ਸਾਡੀ ਰੱਬ ਦੇ ਨੇੜੇ ਦੇ ਜਾ ਕੇ ਅੱਛਾ ਜੀ ਮੇਰੇ ਹਾਲੇ ਦਾ ਸਮਾਨ ਚਿੱਟਿਆ ਕਿਤੇ ਹੋ ਗਿਆ ਫੇਰ ਅਨਾਰ ਜਦੋਂ ਤੁਸੀਂ ਇਹ ਅਨਾਰ ਨੂੰ ਚਲਾਤਾ ਸਰ ਦੀਆਂ ਬਾਜਾਂ ਦੇ ਗਵਾਂਢੀ ਮੱਚਣ ਦੇ ਪਟਾਕੇ ਕਿੱਥੋਂ ਲਿਆਂਦੇ ਅੱਛਾ ਜੀ ਠੀਕ ਹੈ ਫੇਰ ਆਪਣੇ ਕੋਲੇ ਆ ਛੋਟਾ ਅਨਾਰ ਆ ਗਿਆ ਆ ਸਤਰੰਗਾ ਬੰਬ ਆ ਗਿਆ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੱਥ ਫੜ ਕੇ ਵੀ ਚਲਾ ਸਕਦੇ ਆ ਆ ਵੱਡੇ ਨਾਲ ਆ ਚੱਕਰੀ ਵੱਡੇ ਲੱਡੂ ਬਣਾ ਦੇ ਸਾਰੇ ਦੇ ਰਿਆ ਚਾਚਾ ਸਾਰੇ ਦੇ ਰਿਆ ਆ ਚੱਕਰੀ ਬੰਬ ਲੱਡੂ ਬਣਾ ਦੇ ਇਹਨੂੰ ਵੱਡੇ ਬੰਦੇ ਨੂੰ ਦੇ ਦਾਂਗੇ ਠੀਕ ਹੈ ਆ ਸੂਤਲੀ ਬੰਬ ਹੈ ਆ ਤੁਹਾਨੂੰ ਆਪਾਂ ਪਟਾਕਾ ਬਹੁਤ ਸਸਤਾ ਪੈ ਜੂਗਾ ਠੀਕ ਹੈ ਨਾ ਸਾਰਾ ਆਪਣੇ ਕੋਲੇ ਤਾਜ਼ਾ ਹੋਏਗਾ ਤੂੰ ਦੱਸ ਨਾ ਹੈ ਕੀ ਚੀਜ਼ ਹੈ ਜੀ ਇਹ ਤਾਂ ਵੀ ਬਾਲਾ ਵਧੀਆ ਪਟਾਕਾ ਅੱਛਾ ਜੀ ਇਹ ਤੁਸੀਂ ਕੌਣ ਨਹੀਂ ਕਰਨਾ ਹੱਥ 'ਚ ਫੜਨਾ ਖਾ ਬਸ ਅੱਗੇ ਸੌ ਦੋਖੀ ਹੈ ਕੰਮ ਬਹੁਤ ਔਖਾ मैनू पता पटाके कि लिया चला करा दिवाली मना करा शुरू हो गई अगले लगे कैन भरी पई है ऊ चिणके बिजनेस कर लिया तेरे जीजे ने ਪਟਾਕਿਆਂ ਦਾ ਆਪਾਂ ਲੈ ਲਿਆ ਆਪਦੇ ਦੁਕਾਨਦਾਰੀਏ ਤੇ ਬਿਜ਼ਨਸ ਕਰ ਰਹੇ ਆ ਯਾਰ ਬੇਫਿਕਰ ਤੁਸੀਂ ਪਟਾਕੇ ਨਾ ਖਰੀਦਿਓ ਮੈਂ ਤੁਹਾਨੂੰ ਗਿਫਟ ਦੇ ਕੇ ਓ ਨਹੀਂ ਨਹੀਂ ਯਾਰਾ ਕਿਉਂ ਆਪਣੇ ਆਪ ਦੇ ਇੱਥੇ ਵੇਚਨੇ ਆਪਾਂ ਯਾਰ ਵੇਚਨੇ ਤੇ ਰਿਸ਼ਤੇਦਾਰਾਂ ਨੂੰ ਤਾਂ ਦੇਣੇ ਪੈਣੇ ਰਿਸ਼ਤੇਦਾਰਾਂ ਨੂੰ ਫ੍ਰੀ ਦੇਣੇ ਆ ਭੁੱਟ ਫਾਇਦਾ ਕਰ ਨਹੀਂ ਗੱਲ ਸੁਣ ਚਾਚਾ ਜੇ ਅਗਲੇ ਦੁਕਾਨਦਾਰੀ ਕਰਦੀ ਹੈ ਤਾਂ ਫਿਰ ਅਗਲਾ ਪਟਾਕੇ ਬਾਹਰੋਂ ਖਰੀਦੇ ਨਹੀਂ ਯਾਰ ਮੈਂ ਤੁਹਾਨੂੰ ਕਹਿਤਾ ਗੱਲ ਇੱਥੇ ਪੈਸੇ ਲੈਣਗੇ ਕੋਈ ਨਹੀਂ ਪੈਸੇ ਲੈ ਕੋਈ ਨਹੀਂ ਚਾਚਾ ਸਬਰ ਰੱਖ ਠੀਕ ਹੈ ਨਾ ਮੈਂ ਤੈਨੂੰ ਘਰੇ ਲੈ ਜਾਣ ਦੇਵਾਂ ਚਾਚੀ ਨੇ ਆਪਦੇ ਸੌਰੀ ਵੀ ਪੇਕੇ ਵੀ ਮੈਂ ਨਹੀਂ ਥਾਲ ਚਾਚੀ ਚੂਚੀ ਨੂੰ ਦਿੰਦਾ ਕੋਈ ਮੈਂ ਉਹਨੇ ਮੈਨੂੰ ਅੱਡ ਕੇ ਵੀ ਕਹਿੰਦੇ ਇੱਕ ਬੋਰਾ ਭਰ ਦੀ ਮੇਰੇ ਪੇਕੇ ਵਾਸਤੇ ਸਾਡੇ ਵਾਲੀ ਤੁਹਾਡੇ ਨਾਗ ਲੈ ਆਉਂਦਾ ਤੁਹਾਡੇ ਦੂਜੇ ਦੇ ਹੋਰ ਕੱਢ ਕੇ ਪਾ ਦੇ ਜਾਣ ਦੇ ਤੂੰ ਤੇਰੇ 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 ਚੇਰ ਲੈ ਕੁੱਕੜ ਕੁਆ ਕੁਆ ਕਮਨ ਨਾ ਬਾਹਰ ਆ ਕੋਈ ਗਾ ਕੁੱਕਦਾ ਆ ਓਏ ਆਉਣਗੇ ਗਾ ਕਿ ਸਬਰ ਕਰ ਲੈ ਠੀਕ ਹੈ ਨਾ ਸਬਰ ਦਾ ਫਲ ਮਿੱਠਾ ਹੁੰਦਾ ਇਹ ਮੇਰਾ ਸਾਲਾ ਵਿੱਚ ਬੋਲੂ ਜੜਵੜਾ ਤੈਨੂੰ ਮੈਂ ਕਹਿ ਰਿਹਾ ਬਿਜ਼ਨਸ ਕਰਨੇ ਆ ਜਿਹੜੇ ਦਿਮਾਗ ਦੇ ਕੰਮ ਹੁੰਦੇ ਆ ਤੂੰ ਤਾਂ ਕਹਿੰਦਾ ਹੁਣ ਝੋਨੇ ਵਾਂਗੂ ਭਰੀ ਟਰਾਲੀ ਠਾ ਵੇਚ ਕੇ ਆ ਗਏ ਹੌਲੀ ਹੌਲੀ ਆਪਟਰ ਆਨ ਹੌਲੀ 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 ਸਟੈਪ ਬਾਈ ਸਟੈਪ ਚੱਲਾਂਗੇ ਹਾਂ ਜੇ ਮੇਰਾ ਸਾਲਾ ਘਾਟਾ ਪੈ ਗਿਆ ਨਾ ਤੈਨੂੰ ਮਾਰ ਦੂੰ ਬੱਲੇ ਵੇ ਤੇਰੇ ਬੱਲੇ ਉਹ ਤੇਰੇ ਕਹਿੰਦੀ ਯਾਰੀ ਬਿਜ਼ਨਸ ਕਰੇ ਘਾਟਾ ਨਹੀਂ ਪੈਂਦਾ ਠੀਕ ਹੈ ਨਾ ਮਰਦਾ ਬੱਲੀ ਖੱਪਰ ਮਾਰ ਘਾਟਾ ਕਿਵੇਂ ਪਊ ਲੈ ਪੁੱਤ ਕਿੰਨੇ ਦੇ ਫਾਦ ਗਏ ਸੌ ਦੇ
पटाके मंगाले मंदा चली पटाके चलाओ सरकार अज भी कह रही है पटाके बंद करो 100 साल तो कह रही है पटाके ना चलाओ पटाके तो चलने गए चलन गए ठीक है ना मैं तेरे से गल गलोरी गई टेंशन ना लिया कर तू आपके भतीजे बंदे आज तेनू बुला कहली दुकान ते ना नंगी केड़ा आ दे भाई ओ किवें आ आपा कैले दे भाने दे पटाके मशहूर है पंजाब आपदे रिश्तेदारां नु भी सद्दो जे ओ लाया फिर 2-3 हज़ार केड़े लेने दस तू मेरे सड़े जो घरों चलू छोटा परिवार खुश हो जू भी बल्ले क्या बात है भाई वो ले जा कोई अरे पैसा पढ़ के बढ़ाओ ना हाँ ले फिर ठीक है अंबानी बड़ानी का बिजनेस हुंदा वड्डा झोला चक लिया भी मैं फिर घंटे जी भर दूं ठीक है ना बिजनेस मैनू करन दे चाचे बेच ना बोल बिच पैसे नूं हड़क जाना ठीक है ना आप हौली हौली वटे जाते होंगे तू तो कहना हूने ही करोड़ आ जाए यार चाचा बिजनेस ठंडा ना पा तू कैले तो भाने का पटाका तरीके गड्डी है जांदी ली दे पैसे गिनी चल बस करोड़ बट देना बेफिक्र हो जा फिर मेनू जीजा ना क्या कर तू होर की कहवा तेनू मैं मेरा बापू सौरी रहिंदा रहे तू मेरा कजन ब्रदर भराई लगदा है देख ऊंदा बनदा ना 1500 रुपया पर तू घर दा बंदा 1200 ला दस भैया 300 तेनू घर दा बंदा करके तेथो पैसा नहीं कमाया कोई भी आए ची देते ठीक है ना ਗੱਡੀ ਦਾ ਤੇਲ ਵੀ ਆਪਣਾ ਬਾ ਠੀਕ ਦੇ ਲੈ ਫੜਾ ਕਰੇ ਲੈ ਫੜਾ ਉਹਨਾਂ ਉੱਥੇ ਫੜ ਕੇ ਠੀਕ ਹੈ ਨਾ ਲਫਾਫਾ ਦੇ ਦੇ ਉਹ ਲਫਾਫੇ ਨੂੰ ਕੀ ਹੈ ਯਾਰ ਗੱਲ ਸੁਣ ਲਫਾਫੇ ਨੂੰ ਕੀ ਕਰਵਣਾ ਤੂੰ ਲਫਾਫੇ ਤੋਂ ਐ ਹੀ ਰੱਖ ਰੁਕੇ ਮੈਂ ਮੋਟਰਸਾਈਕਲ ਤੇ ਆ ਹੈ ਨਾ ਗੱਲ ਸੁਣੋ ਮੇਰੀ ਹੈ ਰੁਪਿਆ ਆਪਣੇ 1500 ਤੂੰ ਮੈਨੂੰ 1200 ਰੁਪਏ ਕਿਉਂ ਲੈ ਦਿੱਤਾ ਉਹ ਘਾਟਾ ਪਤਾ ਮੇਰੇ ਸਾਲਿਆ ਘਾਟਾ ਕਿਵੇਂ ਪਾਤਾ ਬਾਣੀਆ ਬੁੱਧੀ ਵਰਤ ਦੇਖ 500 ਦਾ ਰਿਐਕਟ ਲੈਂਚਰ ਪਾਤਾ ਠੀਕ ਹੈ ਨਾ ਆਪਣੇ ਲੈ ਲਾ 200 ਦੇ ਕੁੱਕੜ ਮਾਰ ਕੇ ਪਾਤੀ ਕਿਆ ਕਰ ਗਿਆ ਪਾਤ ਗਿਆ 100 ਦੇ 900 ਹੈ ਤੇ ਮੰਨ ਕੇ ਚੱਲ 900 ਦੇ ਵਿੱਚ ਆਪਾਂ ਦਿੱਤੇ ਉਹਨੂੰ ਕਿੰਨੇ ਦੇ 1200 ਦੇ
चाचा पड़ाके का बिक रहा बहुत तेजी ना पड़ाका 2500 रुपये अपनी आप दी दुकान है पटाका नहीं तो मैं बोरी भर के लिया है ਕੀ ਲਿਆਏਗਾ ਆਂਡ ਗਵਾਂਡ ਚ ਪਤਾ ਮੈਂ ਤੈਨੂੰ ਕਪੜਾ ਕੱਲਣਾ ਤੂੰ ਕਰਾ ਬੋਰੀ ਤੂੰ ਇੱਕ ਚੱਕ ਦੇ ਘਰ ਤੋਂ 20000 ਰੁਪਏ ਲੱਗਿਆ ਤੇ ਤੂੰ ਮੈਨੂੰ ਫੁੱਦੂ ਬਣਾਤਾ ਮੈਂ 40000 ਬਟ ਨੂੰ ਸੰਗ ਨਹੀਂ ਮੈਂ ਪਾੜਿਆ ਤੜਕੇ ਦਾ ਲੱਗਿਆ ਪਿਆ ਕੈਲੇ ਦੇ ਭਾਨੇ ਦੇ ਪਟਾਕੇ ਕੈਲੇ ਦੇ ਭਾਨੇ ਦੇ ਪਟਾਕੇ ਗੱਲ ਸੁਣ ਦੇਖਿਆ ਕੀ ਹੈ ਇਹਨੇ 10% ਪਟਾਕਾ ਵਿਕਿਆ ਤੇ 4000 ਰੁਪਏ ਵਟ ਲਿਆ 4000 ਰੁਪਏ ਬਖਤਰ ਰੁਪਏ 16000 ਇਹ ਮੇਰਾ ਹੋਰ ਓਏ ਮੈਂ ਤੈਨੂੰ ਲੱਖ ਵਟਣ ਕੇ ਫਿਰਦਾ ਤੂੰ ਫਿਰਦਾ ਉੱਥੇ 20000 ਤੇ ਫੁੱਦੂ ਨਹੀਂ ਬਣਾਇਆ ਡੰਡਾ ਨਹੀਂ ਤੂੰ ਫੁੱਦੂ ਕਹਦਾ ਓ ਤੂੰ ਬੇਫਿਕਰ ਹੈ ਵਿਕੇ ਗੱਲ ਸੁਣ 8972 8855 38 ਠੀਕ ਹੈ ਨਾ ਪਟਾਕਾ ਆਪਾਂ ਹਲੇ ਵੇਚਿਆ 10% 4500 ਆਪਣੀ ਜੇਬ 'ਚ ਹੈ ਪੈਸਾ ਮੇਰਾ ਸਾਲਾ ਮਸ਼ੀਨ ਵਾਂਗੂ ਘੁੰਮ ਕੇ ਡਿੱਗ ਰਿਹਾ ਓ ਬਸ ਕਰ ਤੂੰ ਉਹ ਜਾਣ ਦੇ ਬਸ ਕਰ ਤੂੰ ਬਸ ਕਰ ਐ ਕਰ ਸਾਰੇ ਬੋਰੀ 'ਚ ਪੈਕ ਕਰ ਅੰਦਰ ਲਾ ਮੈਂ ਮੋੜ ਕੇ ਆਉਂਗਾ ਕਿਉਂ ਮੋੜ ਕੇ ਆਏਗਾ ਤੂੰ ਹਾਂ ਮੈਂ ਮੋੜ ਕੇ ਆਉਂਗਾ ਮੈਂ ਮੋੜ ਕੇ ਆਉਂ ਪੱਕੀ ਗੱਲ ਆ ਹਾਂ ਪੱਕੀ ਗੱਲ ਆ ਮੈਂ ਮੋੜ ਕੇ ਆਉਂ ਅੱਛਾ ਤੈਨੂੰ ਘਰੇ ਘਰੋਂ ਨਹੀਂ ਮੈਂ ਕਿ ਵੀ ਪਟਾਕਾ ਜਾਣ ਦਾ ਅੱਛਾ ਮੈਨੂੰ ਨਹੀਂ ਜਾਣ ਦਿੰਦਾ ਹਾਂ ਮੈਂ ਨਹੀਂ ਜਾਣਦਾ ਇਹੀ ਗੱਲ ਆ ਓ ਚਾਚਾ ਮੇਰੀ ਗੱਲ ਸੁਣ ਮੈਂ ਦਿਮਾਗ ਨਾ ਖਾ ਚਾਚੀ ਵਾਜਾ ਮਾਰੀ ਜਾਂਦੀ ਹੈ ਸੁਣਦੀ ਨਹੀਂ ਤੈਨੂੰ ਵਾਓ ਸੁਣਦੀ ਆ ਮੈਨੂੰ ਤੇ ਜਾ ਬੜਾ ਪੁੱਛ ਲੈ ਕੀ ਕਰ ਮੇਰਾ ਬਿਜ਼ਨਸ ਦਾ ਕੰਮ ਹੋਈ ਮੈਨੂੰ ਬਿਜ਼ਨਸ ਦਾ ਪੈਸੇ ਖਾ ਜਾਏ ਵਿੱਚੋਂ ਓ ਕਿਵੇਂ ਖਾ ਜਾ ਗੱਦੀ ਤੇ ਦਾ ਬੈਠਾ ਮੈਂ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਮੈਨੂੰ ਤੇਰੇ ਤੇ ਨਹੀਂ ਵਿਸ਼ਵਾਸ ਡੱਕੇ ਦਾ ਤੇਰੇ ਤੇ ਘਰ ਦੇ ਨਹੀਂ ਆ ਕਾਨੇ ਦਾ ਵਿਸ਼ਵਾਸ ਕਰਦੇ ਮੈਂ ਤੇਰੇ ਤੇ ਕਰ ਲੈਣਾ ਓ ਤੂੰ ਜਾਣ ਦੇ ਤੂੰ ਹਾਂ ਪਟਾਕਾ ਨਹੀਂ ਦਿੰਦਾ ਕਹਾਂ ਚਾਚੀ ਆਉਂਦਾ ਓਏ ਹੈ ਇਹਨੂੰ ਬੰਨ ਕੇ ਰੱਖ ਮੈਂ ਤਾਂ ਨਹੀਂ ਬੈਜਾ ਮੈਂ ਜਨ ਮੈਨੂੰ ਵਿਸ਼ਵਾਸ ਨਹੀਂ ਤੇਰੇ ਤੇ ਪੂਰਾ ਹਾਂ ਨਾ ਰੱਖ ਫਿਰ ਵਿਸ਼ਵਾਸ ਮੈਂ ਕਮੈਂਟ ਦੀ ਗੱਲ ਸੁਣਿਆ ਮੈਂ ਹੈਲੋ ਹਾਂ ਉਹਦੀ ਗੱਲ ਸੁਣਿਆ ਮੈਂ ਜਾ ਸੁਣ ਧਿਆਨ ਰੱਖੀ ਉੱਤੇ ਪੂਰਾ ਮੈਨੂੰ ਕੀ ਆ ਨਾ ਜਾ ਮੈਂ ਚੱਕਰ ਖਾਣਾ ਉਹ ਤਾਂ ਬੈਗ ਲੈ ਜਾ ਦੂਜਾ ਪੈਸਾ ਲੈ ਕੇ ਜਾਣਾ ਹਾਂ ਹਲੇ ਤੂੰ ਕੀ ਜਾਣੇਗਾ ਤੈਨੂੰ ਕੀ ਲੱਗਦਾ ਆਫਟਰ ਮੇਰੇ ਤੇ ਵਿਸ਼ਵਾਸ ਨਹੀਂ ਵਾਹ ਤੇਰੇ ਹੈਂ ਮੇਰਾ ਹਲਾ ਕਹਿੰਦਾ ਇੱਕ ਪਟਾਕਾ ਨਹੀਂ ਲਿਜਾਣ ਦਿੰਦਾ ਉਹ ਮੇਰਾ ਸਾਲਾ ਕਹਿੰਦਾ ਵਿਸ਼ਵਾਸ ਹੈ ਨਹੀਂ ਕੋਈ ਨਹੀਂ ਚੂਲੜੀਆ ਸਰਦਾਰਾ ਜਿੱਦਾਂ ਮੈਂ ਤੈਨੂੰ ਮੱਤ ਮੇਰਾ ਸਿਆਲਾ ਕਹਿੰਦਾ ਤੇਰੇ ਤੇ ਆਨੇ ਦਾ ਵਿਸ਼ਵਾਸ ਨਹੀਂ ਮੈਂ ਅੰਦਰ ਨਹੀਂ ਜਾਂਦਾ ਉੱਤ ਮੇਰਿਆ ਅਸੀਂ ਵੀ ਫਿਰ ਜੇ ਵਿਸ਼ਵਾਸ ਨਹੀਂ ਨਾ ਫਿਰ ਤੈਨੂੰ ਪਤਾ ਅਸੀਂ ਵੀ ਕਿਵੇਂ ਕਰਦੇ ਹੁੰਦੇ ਹਾਂ ਲੈ ਵੱਟ ਜਟਵੜਾ ਪੈਸੇ ਚੱਲ 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 ਮੇਰਾ ਪੁੱਤ ਘਬਰਾਉਣਾ ਨਹੀਂ ਘਬਰਾਉਣਾ ਨਹੀਂ ਮੈਂ ਨਾ ਚੱਲ ਚੱਲ ਮੇਰਾ ਪੁੱਤ ਚੱਲ 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 ਪੁੱਤ ਚੱਲ ਚੱਲ ਮੇਰਾ ਸਾਲਾ ਜੱਟ ਦੀ ਕਿਸਮਤ ਲੈ ਬਈ ਦੂਜਾ ਮੌਕਾ ਦੇਣ ਲੱਗੇ ਆ ਚੱਲ 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 ਦਿੱਤੇ ਮੈਂ ਕੈਲੇ ਤੇ ਭਾਨੇ ਦੇ ਪੜਾਕੇ Thank you.
तेरा बह गया बेड़ा वे। हाँ की हो गया वे? चाचा मेरा साला है ता तेरा बिजनेस ही स्वाह हो गया। तेरे ता बिजनेस नु आग लग गई, तेरे ता बिजनेस दे पटाके बह गए चाचा। किवे होया साला है? हाय रब्बा, तेरा ता मेरा बह गया, तेरा ता दवाला निकल गया, दवाली तो कर रहे चाचा। पटाके बाज रहे चाचा, मैं सीख जी ला बैठा। <ला बैटा। laughs>